ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਲਿਬਰਲ ਟੀਵੀ। ਅੱਜ ਅਸੀਂ ਮੌਜੂਦ ਹਾਂ ਯੂਨੀਵਰਸਿਟੀ ਦੇ ਵਿੱਚ, ਜਿਸ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੋਣਾ ਹੈ ਕਿ ਯੂਨੀਵਰਸਿਟੀ ਦੇ ਵਿੱਚ ਕਨਈਆ ਦਾ ਜਿਹੜਾ ਪ੍ਰੋਗਰਾਮ ਹੈ ਉਹ ਲੈ ਕੇ ਜਾਣਾ ਹੈ। ਅੱਜ ਸਾਡੇ ਨਾਲ ਮੌਜੂਦ ਨੇ MC ਦੇ ਸਚਿਨ ਜੀ। ਸਚਿਨ ਜੀ, ਕੀ ਕਾਰਨ ਰਿਹਾ ਜਿਹੜਾ ਤੁਸੀਂ ਉਹਨਾਂ ਦਾ ਵਿਰੋਧ ਜਿਹੜਾ ਉਹ ਕਰਦੇ ਨਜ਼ਰ ਆ ਰਹੇ ਹੋ? ਦੇਖੋ ਜੀ, 9 ਤਰੀਕ ਨੂੰ ਕਨਈਆ ਮਿੱਤਲ ਜੀ ਦਾ ਪ੍ਰੋਗਰਾਮ ਹੈ ਇੱਥੇ, ਅਤੇ ਉਹ ਪ੍ਰੋਗਰਾਮ 9 ਤਰੀਕ ਨੂੰ ਰਖਾਇਆ ਜਾ ਰਿਹਾ। ਅਸੀਂ ਉਸ ਦੇ ਖਿਲਾਫ਼ ਹੈ, ਕਨਈਆ ਮਿੱਤਲ ਦੇ ਖਿਲਾਫ਼ ਹੈ। ਪ੍ਰੋਗਰਾਮ ਦੇ ਖਿਲਾਫ਼ ਨਹੀਂ ਹੈ, ਰੋਜ਼ ਭਜਨ ਕਰੋ, ਰੋਜ਼ ਇੱਥੇ ਸਾਈਂ ਸੰਗਿਆ ਆਪਣਾ ਸੰਧਿਆ ਕਰੋ, ਕੋਈ ਇਸ਼ੂ ਨਹੀਂ ਹੈ। ਬਟ ਜੋ ਇਨਸਾਨ ਭਗਵਾਨ ਰਾਮ ਦੇ ਉੱਤੇ ਰਾਜਨੀਤੀ ਕਰੂਗਾ ਉਹਨੂੰ ਅਸੀਂ ਕੈਂਪਸ 'ਚ ਅਲਾਊ ਨਹੀਂ ਕਰਦੇ। ਭਗਵਾਨ ਸ਼੍ਰੀ ਰਾਮ ਦੇ ਉੱਤੇ ਵੋਟਾਂ ਮੰਗਦੇ ਨੇ, ਕਿਤੇ ਤੱਕ ਇਹ ਜਾਇਜ਼ ਹੈ? ਭਗਵਾਨ ਨੂੰ ਕਿਉਂ ਤੁਸੀਂ ਵਿਚਾਲੇ ਲੈ ਕੇ ਆਉਂਦੇ ਹੋ? ਉਹ ਕਹਿੰਦੇ ਵੀ ਬੁਲਡੋਜ਼ਰ ਬਾਬਾ ਜੀ ਨੂੰ, ਜਿਹਨੂੰ ਪਸੰਦ ਹੈ UP ਦੇ ਵਿੱਚ, ਉਹ ਹੀ ਚੰਡੀਗੜ੍ਹ ਦੇ ਵਿੱਚ ਬੁਲਡੋਜ਼ਰ ਬਾਬਾ ਆਉਣਗੇ? ਇਹੋ ਜਿਹੀ ਸ਼ਬਦਾਵਲੀ ਉਹ ਯੂਜ਼ ਕਰਦੇ ਨੇ ਕਿ ਪਰਮਾਤਮਾ ਦੇ ਨਾਂ 'ਤੇ ਵੋਟਾਂ ਮੰਗਣੀ ਚਾਹੀਦੀਆਂ। ਅਤੇ ਇੱਕ ਭਜਨ ਗਾਇਕ ਨੂੰ ਕੀ ਸਟੇਜ 'ਤੇ ਕਹਿਣਾ ਚਾਹੀਦਾ ਵੀ ਮੈਂ ਯੋਗੀ ਆਦਿੱਤਿਆਨਾਥ ਦਾ ਫੈਨ ਹੈ, ਤੁਸੀਂ ਕਿਸ ਦੇ ਫੈਨ ਹੋ, ਇਸ ਪਾਰਟੀ ਨੂੰ ਵੋਟ ਕਰੋ? ਰਾਮ ਮੰਦਿਰ ਦੇ ਉੱਤੇ ਰਾਜਨੀਤੀ ਨਹੀਂ ਹੋਣੀ ਚਾਹੀਦੀ, ਇਹ ਮੁੱਦਾ ਹੈ ਸਾਡਾ। ਤੁਹਾਡੇ ਕੋਲ ਵੀਡੀਓ ਹੈਗੀ ਹੈ ਕੋਈ ਉਹਨਾਂ ਦੀ, ਇੱਦਾਂ ਦੀ ਜਿਹੜੀ ਉਹਦੇ ਵਿੱਚ ਉਹ BJP ਦਾ ਜਿਹੜਾ ਸਪੋਰਟ ਕਰਦੇ ਹੋਏ ਨਜ਼ਰ ਆ? ਬਿਲਕੁਲ, ਮੈਂ ਫੋਟੋਆਂ ਅਤੇ ਵੀਡੀਓ ਤੁਹਾਨੂੰ ਵਟਸਐਪ ਕਰ ਦੂੰਗਾ। ਉਹਦੇ ਵੀ ਸਾਫ਼ ਕਹਿ ਰਹੇ ਹਾਂ, ਪੰਜਾਬ ਦੇ ਵਿੱਚ ਚੰਡੀਗੜ੍ਹ ਦੇ ਵਿੱਚ ਭਗਵਾ ਲਹਿਰਾਵਾਂਗੇ। ਔਰ ਆਯੋਜਕ ਦੇਖੋ, RSS ਇੰਨਾ ਡਰਦਾ ਵੀ ਆਯੋਜਨ ਦੇਖੋ, ਲਿਖਿਆ ਜਾਂਦਾ ਵੀ ਕੌਣ ਆਯੋਜਨ ਕਰਾ ਰਿਹਾ? ਕਰਾਉਣੇ ਵਾਲੇ ਰਾਮ, ਕਰਨੇ ਵਾਲੇ ਰਾਮ। ਭਗਵਾਨ ਰਾਮ ਨੂੰ ਤੁਸੀਂ ਇੰਨਾ, ਹਰ ਚੀਜ਼ ਦੇ ਵਿੱਚ ਭਗਵਾਨ ਰਾਮ, ਵੋਟ ਲੈਣੀ ਹੈ ਵੋਟ ਲੈ ਲਿਓ, ਬਟ ਭਗਵਾਨ ਰਾਮ ਦੇ ਉੱਤੇ ਤੁਸੀਂ ਕਿਉਂ ਵੋਟਾਂ ਚਾਹੁੰਦੇ ਹੋ? ਮੇਰਾ ਮੁੱਦਾ ਸਿਰਫ ਇਹ ਸੀਗਾ ਵੀ ਪ੍ਰੋਗਰਾਮ ਦੇ ਖਿਲਾਫ਼ ਨਹੀਂ ਹੈ, ਕਨਈਆ ਮਿੱਤਲ ਵਰਗੇ ਲੋਕ ਨਹੀਂ ਕੈਂਪਸ ਦੇ ਵਿੱਚ ਆਉਣੇ ਚਾਹੀਦੇ ਜੋ ਸੈਕੂਲਰਿਜ਼ਮ ਦੇ ਖਿਲਾਫ਼ ਨੇ, ਜੋ ਕਦੇ ਕਹਿੰਦੇ ਆ ਵੀ ਮਾਸਟਰ ਸਲੀਮ ਮੁਸਲਮਾਨ ਹੋ ਕੇ ਭਜਨ ਗਾਇਕੀ ਕਰਦਾ, ਜੋ ਕਦੇ ਕਦੇ ਕਿੰਨਰਾਂ ਦੇ ਖਿਲਾਫ਼ ਬੋਲਦੇ ਆ ਫਿਰ ਮਾਫ਼ੀ ਮੰਗਦੇ ਆ, ਜੋ ਕ੍ਰਿਸਚਨ ਧਰਮ ਦੇ ਫਾਦਰ ਦੇ ਖਿਲਾਫ਼ ਹੋ ਕੇ ਫਿਰ ਕਹਿੰਦੇ ਆ ਇਹਨਾਂ ਦਾ ਗੋਡ ਫਾਦਰ ਬਣਾ ਦਾਂਗੇ, ਗੋਡ ਫਾਦਰ ਲੱਭ ਕੇ ਦੇਵਾਂਗੇ ਇਹਨਾਂ ਨੂੰ, ਇਹੋ ਜਿਹੀ ਸ਼ਬਦਾਵਲੀ ਵਰਤਣ ਵਾਲਾ ਇਨਸਾਨ ਮੈਨੂੰ ਨਹੀਂ ਲੱਗਦਾ ਉਹ ਕਿਸੇ ਦੇ ਚੰਗੇ ਲਈ ਆਊਗਾ। ਭਜਨ ਗਾਇਕ ਬਹੁਤ ਹੋਏ ਨੇ, ਨਰਿੰਦਰ ਚੰਚਲ, ਐਵੇਂ ਤਾਂ ਸਰਦਾਰ ਅਲੀ ਨੇ ਜੰਗਲ ਮਾਛੀ ਵਾਲਾ ਗਾਇਆ ਸੀਗਾ, ਤਾਂ ਉਹਨਾਂ ਦੇ ਖਿਲਾਫ਼ ਹੋ ਜੀ? ਤਾਂ ਇਸ ਤਰੀਕੇ ਦੇ ਇਨਸਾਨ ਜਿਹੜਾ ਧਰਮ ਦੇ ਨਾਮ 'ਤੇ ਰਾਜਨੀਤੀ ਕਰਦਾ, ਭਗਵਾਨ ਰਾਮ ਦੇ ਨਾਮ 'ਤੇ ਰਾਜਨੀਤੀ ਕਰਦਾ, ਉਹਦੇ ਅਸੀਂ ਖਿਲਾਫ਼ ਹੈ। ਨਹੀਂ, ਹਾਲੇ ਤਾਂ ਉਹਨਾਂ ਨੇ ਕੋਈ ਕੀਤਾ ਹੀ ਨਹੀਂ ਹੈ, ਕੋਈ ਇੱਦਾਂ ਕੀਤਾ ਹੀ ਨਹੀਂ। ਤੁਸੀਂ ਇੱਦਾਂ ਕਿੱਦਾਂ ਕਹਿ ਸਕਦੇ ਹੋ ਕਿ ਉਹ ਧਰਮ ਦੇ ਨਾਮ 'ਤੇ ਰਾਜਨੀਤੀ ਕਰਨ ਆਏ ਆ? ਪਿੱਛੇ ਸਾਰੀ ਕਰੀਏ ਚੰਡੀਗੜ੍ਹ, ਮੈਂ ਇੱਕ ਪ੍ਰੋਗਰਾਮ ਅਟੈਂਡ ਕਰਿਆ, ਉਹਦੇ ਵਿੱਚ ਸਰਿਆਮ ਉਹਨਾਂ ਨੇ ਬੋਲਿਆ, ਸਰਿਆਮ ਇਹ ਬੋਲਦੇ ਹੈ ਕੀ ਕਿਹਾ ਉਹਨਾਂ ਨੇ? ਉਹਨਾਂ ਨੇ ਕਿਹਾ ਬੁਲਡੋਜ਼ਰ ਬਾਬਾ ਕੇ ਕੌਣ ਕੌਣ ਫੈਨ ਹੈ, ਹੱਥ ਖੜੇ ਕਰੋ। ਸਭ ਨੇ ਹੱਥ ਖੜੇ ਕਰੇ। ਚੰਡੀਗੜ੍ਹ ਮੇਂ ਬੁਲਡੋਜ਼ਰ ਚਲਾਨਾ ਹੈ? ਤੋ ਕਹਿੰਦੇ ਹਾਂ, ਭਗਵਾ ਚੰਡੀਗੜ੍ਹ ਮੇਂ ਭਗਵਾ ਲਹਿਰਾਏਗਾ, ਪੰਜਾਬ ਮੇਂ ਭਗਵਾ ਲਹਿਰਾਏਗਾ। ਇੱਕ ਭਜਨ ਗਾਇਕ ਨੂੰ ਇੰਨਾ ਸਭ ਬੋਲਣ ਦੀ ਕੀ ਲੋੜ ਹੈ? ਕਿਉਂ ਧਰਮ ਨੂੰ ਵਿਚਾਲੇ ਲੈ ਕੇ ਆਉਂਦੇ ਹੋ? ਮਾਸਟਰ ਸਲੀਮ ਤਾਂ ਇਹੋ ਜਿਹੀ ਗੱਲ ਨਹੀਂ ਕਰਦਾ, ਇਹੋ ਜਿਹੀ ਗੱਲ ਨਰਿੰਦਰ ਚੰਚਲ, ਅਨੁਰਾਧਾ ਪੋਡਵਾਲ, ਅਨੂਪ ਜਲੋਟਾ ਕਦੇ ਉਹਨਾਂ ਨੇ ਨਹੀਂ ਕਰੀ। ਇਕੱਲਾ ਇਕਲੌਤਾ ਭਜਨ ਗਾਏਗਾ ਪੂਰੇ ਇੰਡੀਆ ਦੇ ਵਿੱਚ ਜਿਹੜਾ ਖੁੱਲ੍ਹੇਆਮ ਸਰਿਆਮ ਇੱਕ ਪਾਰਟੀ ਦੀ ਪੋਲਿਟਿਕਸ ਕਰਦਾ, ਸਟੇਜ ਤੋਂ ਕਰਦਾ। ਰਾਜਨੀਤੀ ਕਰਨੀ, ਇਲੈਕਸ਼ਨ ਲੜਨਾ, ਲੜੋ, ਚੰਡੀਗੜ੍ਹ ਤੋਂ ਲੜੋ, ਜਲੰਧਰ ਤੋਂ ਲੜੋ, ਪੰਜਾਬ ਤੋਂ ਲੜੋ, ਕੋਈ ਇਤਰਾਜ਼ ਨਹੀਂ ਹੈ, ਹਰ ਇਨਸਾਨ ਦਾ ਹੱਕ ਹੈ ਰਾਜਨੀਤੀ ਕਰਨਾ। ਪਰ ਰੱਬ ਦੇ ਨਾਮ 'ਤੇ, ਭਗਵਾਨ ਰਾਮ ਦੇ ਨਾਮ 'ਤੇ ਵੋਟਾਂ ਨਾ ਮੰਗੋ, ਇਹ ਮਕਸਦ ਸੀ ਸਾਡਾ। ਨਹੀਂ ਸਚਿਨ ਜੀ, ਜੇ ਅਗਰ ਉਹ ਆਉਂਦੇ ਹੈ ਤਾਂ ਤੁਸੀਂ ਫਿਰ ਕੀ, ਉਹ ਤਾਂ ਇੱਦਾਂ ਕਹਿੰਦੇ ਮੈਂ ਉੱਥੇ ਜਿਹੜਾ ਹੈ ਉਹ ਕਰਕੇ ਰਹੂੰਗਾ, ਅਤੇ ਫਿਰ ਤੁਸੀਂ ਅਗਲਾ ਸਟੈਪ ਕੀ ਹੋਏਗਾ ਤੁਹਾਡਾ? ਵਿਰੋਧ ਕਰਾਂਗੇ ਪੂਰੀ ਖਿਲਾਫ਼ਤ ਆਪਣੇ, ਜੇ ਉਹਨਾਂ ਨੇ ਕਰਨਾ ਪ੍ਰੋਗਰਾਮ ਦਲ ਬਲ ਦੇ ਨਾਲ, ਆਪਣੀ ਤਾਕਤ ਦੇ ਨਾਲ ਆਉਣ, ਉਹਨਾਂ ਨੂੰ ਸਟੂਡੈਂਟ ਦੀ ਵਿਰੋਧਤਾ ਦੇਖਣੀ ਪੈਣੀ ਹੈ, ਅਤੇ ਅਸੀਂ ਵਿਰੋਧ ਕਰਾਂਗੇ ਉਹਨਾਂ ਦਾ, ਡਟ ਕੇ ਵਿਰੋਧ ਕਰਾਂਗੇ। ਕਿ ਵਿਰੋਧ ਦੇ ਵਿੱਚ ਮਤਲਬ ਤੁਸੀਂ ਕੀ ਮਤਲਬ ਕੁਝ ਮਤਲਬ ਉਹ ਕਰੋਗੇ? ਲੱਗ ਜੂਗਾ ਪਤਾ ਕੀ ਕਰਾਂਗੇ, ਮਤਲਬ ਦੱਸ ਦਿਓ ਨਾ ਸਰ। ਇਹ ਤਾਂ ਸਟ੍ਰੈਟਜੀ ਹੁੰਦੀ ਹੈ, ਵਿਰੋਧ ਹਰ ਤਰੀਕੇ ਦੇ ਹੁੰਦੇ, ਵਿਰੋਧ ਪਤਾ ਲੱਗ ਜੂਗਾ। ਕਨਈਆ ਮਿੱਤਲ ਦਾ BJP ਤੋਂ ਇੱਦਾਂ ਕਹਿੰਦੀ ਹੈ, ਕਹਿੰਦਾ ਮੋਦੀ ਦੀ ਜਿਹੜੀ ਲਹਿਰ ਹੈ ਉਹ ਚੱਲਦੀ ਆ ਰਹੀ ਹੈ,
ਅਤੇ ਤੁਸੀਂ ਇੱਕ ਪਾਸੇ ਤੁਸੀਂ ਵਿਰੋਧ ਕਰ ਰਹੇ ਹੋ ਕਿ ਕਿਆ ਬੋਲਦੇ ਕਨਈਆ ਮਿੱਤਲ ਇੱਥੇ ਆਉਣੇ ਨਹੀਂ ਚਾਹੀਦੇ ਹੈ, ਅਤੇ ਤੁਹਾਨੂੰ ਲੱਗਦਾ ਕਿ ਬੀਜੇਪੀ ਦੀ ਕਿਹੜੀ ਲਹਿਰ ਇੱਥੇ ਜਾ ਰਹੀ ਹੈ ਕਿ ਬਸ ਇਕੱਲਾ ਰਾਮ ਮੰਦਿਰ ਹੀ ਬਣਾਇਆ ਬੀਜੇਪੀ ਨੇ? ਦੇਖੋ ਜੀ, ਲਹਿਰ ਲੂਰ ਦੀ ਗੱਲ ਐਵੇਂ ਹੈ, ਜਿੱਥੇ ਅਸੀਂ ਕੰਮ ਕਰਦੇ, ਜਿੱਥੇ ਅਸੀਂ ਸਾਡੇ ਦਾਇਰੇ ਵਿੱਚ ਅਸੀਂ ਕੰਮ ਕਰਦੇ, ਉੱਥੇ ਤਾਂ ਕੋਈ ਲਹਿਰ ਚੱਲਣ ਨਹੀਂ ਦਿੰਦੇ। ਜਿੱਥੇ ਚੱਲਦੀ ਹੋਣੀ ਇੱਥੇ ਨਹੀਂ ਚੱਲਣ ਦਿੰਦੇ। ਇੱਥੇ ਤਾਂ ਸਾਡਾ ਏਰੀਆ ਹੈ, ਲਹਿਰ ਲੂਰ ਹੋਰ ਪਾਸੇ ਚਲਾਓ, ਇੱਥੇ ਗਲਤ ਨਹੀਂ ਹੋਣ ਦੇਵਾਂਗੇ। ਧਰਮ ਦੇ ਨਾਂ 'ਤੇ ਕੱਲ੍ਹ ਨੂੰ ਕੋਈ ਸਿੱਖ ਧਰਮ ਦੇ ਨਾਮ 'ਤੇ ਰਾਜਨੀਤੀ ਕਰੂਗਾ ਉਹਦੇ ਵੀ ਖਿਲਾਫ ਹੈ, ਕੱਲ੍ਹ ਨੂੰ ਕੋਈ ਕ੍ਰਿਸਚਨ ਧਰਮ ਦੇ ਨਾਮ 'ਤੇ ਰਾਜਨੀਤੀ ਕਰੂਗਾ, ਮੁਸਲਿਮ ਧਰਮ ਦੇ ਨਾਮ ਰਾਜਨੀਤੀ ਕਰੂਗਾ ਉਹਦੇ ਵੀ ਖਿਲਾਫ ਹੈ। ਮੈਂ ਤਾਂ ਆਪ ਹਿੰਦੂ ਹਾਂ, ਮੈਂ ਹਿੰਦੂਆਂ ਦੇ ਖਿਲਾਫ਼ ਕਿਵੇਂ ਹੋਜੂਗਾ? ਕਦੇ ਹਿੰਦੂ ਸਿੱਖ ਨੂੰ ਲੜਾਉਂਦੇ ਆ, ਕਦੇ ਹਿੰਦੂ ਮੁਸਲਮਾਨ ਨੂੰ ਲੜਾਉਂਦੇ ਆ। ਅੱਜ ਹਿੰਦੂ ਹਿੰਦੂ ਨੂੰ ਲੜਾ ਰਹੇ ਆ ਵੀ ਜਿਹੜਾ ਜੈ ਸ਼੍ਰੀ ਰਾਮ ਦਾ ਨਾਰਾ ਲਿਆ ਰਿਹਾ ਉਹ ਸੱਚਾ ਹਿੰਦੂ ਹੈ, ਜਿਹੜਾ ਜੈ ਸ਼੍ਰੀ ਰਾਮ ਦਾ ਨਾਰਾ ਨਹੀਂ ਲਾ ਰਿਹਾ ਉਹ ਹਿੰਦੂ ਹੀ ਨਹੀਂ ਹੈਗਾ, ਸੱਚਾ ਹਿੰਦੂ ਨਹੀਂ ਹੈ। ਆਹ ਇਹ ਗਲਤ ਹੈ ਰਾਜਨੀਤੀ, ਇਹ ਰਾਜਨੀਤੀ ਨਹੀਂ ਹੋਣੀ ਚਾਹੀਦੀ। ਨਹੀਂ, ਕਨਈਆ ਮਿੱਤਲ ਇੱਕ ਹਿੰਦੂ ਹੈ ਅਤੇ ਤੁਸੀਂ ਵੀ ਇੱਕ ਹਿੰਦੂ ਹੋ, ਫਿਰ ਤੁਸੀਂ ਉਹਨਾਂ ਦਾ ਵਿਰੋਧ ਕਿਉਂ ਕਰ ਰਹੇ ਹੋ? ਵਿਰੋਧ ਉਹ ਕਰ ਰਹੇ, ਧਰਮ ਦੇ ਨਾਮ 'ਤੇ ਵੋਟਾਂ ਮੰਗ ਰਹੇ ਹਾਂ, ਭਗਵਾਨ ਰਾਮ ਦੇ ਨਾਂ 'ਤੇ ਵੋਟਾਂ ਮੰਗ ਰਹੇ ਹਾਂ, ਅਸੀਂ ਨਹੀਂ ਮੰਗਦੇ, ਕੋਈ ਵੀ ਨਹੀਂ ਮੰਗਦਾ। ਮੇਰਾ ਮਕਸਦ ਇਹ ਹੈ ਵੀ ਇਹ ਹੋਣਾ ਚਾਹੀਦਾ ਪ੍ਰੋਗਰਾਮ, ਬਟ ਕਨਈਆ ਮਿੱਤਲ ਨਹੀਂ ਆਉਣੇ ਚਾਹੀਦੇ। ਜੇ ਉਹ ਆਉਂਦੇ ਹੈ ਉਹਨਾਂ ਦੀ ਖਿਲਾਫਤ ਕਰਾਂਗੇ, ਅਤੇ ਅਗਲੇ ਆਉਣ ਵਾਲੇ ਪ੍ਰੋਗਰਾਮ ਦੇ ਵਿੱਚ ਵੀ ਮੈਂ ਬੜਾ ਉਹਨਾਂ ਨੂੰ ਨੋਟਿਸ ਕਰਾਂਗਾ ਵੀ ਉਹ ਭਗਵਾਨ ਰਾਮ ਦਾ ਯੂਜ਼ ਕਰ ਰਹੇ ਹੈ ਅਤੇ ਉਹਨਾਂ ਦੀ ਅਸੀਂ ਖਿਲਾਫਤ ਕਰ ਜੀ। ਉਹ ਵੀਡੀਓ ਤੁਸੀਂ ਦਿਖਾ ਸਕਦੇ ਹੋ ਸਾਨੂੰ? ਮੈਂ ਕਿਹਦੇ ਵਿੱਚ ਵਟਸਐਪ 'ਤੇ ਭੇਜ ਵੀ ਦਊਂਗਾ ਜੀ। ਹਾਂਜੀ, ਮੈਂ ਤੁਹਾਨੂੰ ਵਟਸਐਪ ਦੇ ਰਾਹੀਂ ਆਪਣੇ ਚੈਨਲ 'ਤੇ ਭੇਜ ਵੀ ਦਊਂਗਾ, ਦਿਖਾ ਵੀ ਦਿੰਦਾ। ਇਹਦੇ ਵਿੱਚ ਸਰਿਆਮ ਕਹਿ ਰਹੇ, ਪਹਿਲੀ ਤਾਂ ਇੱਕ ਪੋਸਟ ਦਿਖਾਉਂਦਾ ਤੁਹਾਨੂੰ, ਇਹਦੇ ਵਿੱਚ ਇਹ ਸਾਫ਼ ਲਿਖ ਰਹੇ ਇੱਕ ਭਜਨ ਗਾਇਕ ਨੂੰ ਕੀ ਲੈਣਾ ਦੇਣਾ, ਜੋ ਰਾਮ ਕੋ ਲਾਏ ਹੈ 24ਵੇਂ ਵਹੀ ਆਏਗੇ, ਭਾਰਤ ਮੇਂ ਫਿਰ ਸੇ ਬਗਵਾਲਾ ਲਹਿਰਾਏਂਗੇ। ਤੁਸੀਂ ਕੀ ਲੈਣਾ ਦੇਣਾ, ਕੌਣ ਰਾਮ ਨੂੰ ਲੈ ਕੇ ਆਇਆ? ਭਗਵਾਨ ਰਾਮ ਨੂੰ ਭਗਵਾਨ ਰਾਮ ਹੀ ਲੈ ਕੇ ਆਏ, ਆਪ ਹੀ ਆਏ ਹਾਂ, ਉਹ ਕਿਸੇ ਦੇ ਕਹਿਣ ਨਾਲ ਨਹੀਂ ਆਏ, ਕਿਸੇ ਦੇ ਕਰਨ ਨਾਲ ਨਹੀਂ ਆਏ। ਦੂਜੀ, ਉਸ ਤੋਂ ਬਾਅਦ ਅਸੀਂ, ਮੈਂ ਤੁਹਾਨੂੰ ਦਿਖਾਉਂਦਾ, ਆਹ ਵੀਡੀਓ ਦੇ ਵਿੱਚ ਸਾਫ਼ ਕਹਿ ਰਿਹਾ ਪੰਜਾਬ ਦੇ ਵਿੱਚ ਭਗਵਾ ਲਹਿਰਾਵਾਂਗੇ। ਇਹਨਾਂ ਨੇ ਠੇਕੇਦਾਰੀ ਲੈ ਰੱਖੀ ਹੈ ਬੀਜੇਪੀ ਦੀ, ਜਿਸ ਦਿਨ ਜਿੱਥੇ ਪੰਜਾਬ ਹਰਿਆਣਾ ਜਿੱਥੇ ਵੀ ਪੂਰੇ ਇੰਡੀਆ 'ਚ ਭਗਵਾ ਲਹਿਰਨਾ ਨਹੀਂ ਲਹਿਰਨਾ ਇਹ ਕੌਣ ਹੁੰਦੇ ਆ? ਮੇਰਾ ਕਹਿਣ ਦਾ ਮਤਲਬ ਹੈ ਭਜਨ ਗਾਇਕ ਨੂੰ ਕਿਸੇ ਸਟੇਜ ਤੋਂ ਇੱਕ ਪ੍ਰਚਾਰ ਕਰਨ ਦੀ ਨਾਲੇ ਕੋਡ ਆਫ ਕੰਡਕਟ ਲੱਗਿਆ, ਆਚਾਰ ਸੰਹਿਤਾ ਲੱਗੀ ਹੈ ਕੈਂਪਸ ਦੇ ਵਿੱਚ, ਐਵੇਂ ਕੋਈ ਅਲਾਊਡ ਨਹੀਂ ਹੈ। ਤੁਸੀਂ ਭਗਵਾਨ ਰਾਮ ਦੇ ਨਾਮ 'ਤੇ ਰਾਜਨੀਤੀ ਨਹੀਂ ਕਰ ਸਕਦੇ। ਠੀਕ ਹੈ ਸਚਿਨ ਜੀ, ਇਹ ਸਾਡੇ ਨਾਲ ਸੀਗੇ ਕਿ ਸਚਿਨ ਜੀ ਜਿਹੜੇ ਕਹਿੰਦੇ ਆਏ ਕਿ ਕਨਈਆ ਦਾ ਜਿਹੜਾ ਹੈ ਅਸੀਂ ਜਿਹੜਾ ਪ੍ਰੋਗਰਾਮ ਹੈ ਉਹਨਾਂ ਦਾ ਉਹ ਇੱਥੇ ਕਰਨ ਦੀ ਇਜਾਜ਼ਤ ਜਿਹੜੀ ਹੈ ਉਹ ਪੀਓ ਦੇ ਵਿੱਚ ਜਿਹੜੀ ਹੈ ਉਹ ਨਹੀਂ ਕਰਨੀ ਦਿੱਤੀ ਜਾਊਗੀ। ਤੁਸੀਂ ਇੱਦਾਂ ਹੀ ਜੁੜੇ ਰਹੋ ਸਾਡੇ ਨਾਲ, ਦੇਖਦੇ ਰਹੋ ਲਿਬਰਲ ਟੀ ਵੀ ਪੰਜਾਬੀ।